अस्त प्रशासन को भी टाइम लगी जाने भी सी मिलना है को भी मिला रहने सामने का हफ्ता होना के ही अंदर चलो कोई गल नहीं है ना समय कले दादे दियां कले पोते दियां समय बदलते रहते ने इन्ना परमात्मा ने जे साडे ते अज माड़ा समां लिया है ਤਾਂ ਹੋ ਸਕਦਾ ਕੱਲ ਨੂੰ ਅਸੀਂ ਇੰਨਾ ਮਾੜਾ ਵੀ ਨਹੀਂ ਕੀਤਾ ਰੱਬ ਦਾ ਵੀ ਸਾਡੇ ਤੇ ਚੰਗਾ ਸਮਾਂ ਨਾ ਹੋਵੇ ਹੋ ਸਕਦਾ ਸਾਡਾ ਸਮਾਂ ਵੀ ਆ ਜਾਵੇ ਪਰ ਮੈਂ ਕਿਹਨਾਂ ਨੂੰ ਸਮੇਂ ਦੇ ਸ਼ਾਸਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਵੀ ਮੇਰੇ ਤਾਂ ਇੱਕ ਪੁੱਤ ਗਿਆ ਲੱਖਾਂ ਕਰੋੜਾਂ ਮੇਰੀ ਝੋਲੀ 'ਚ ਪਾ ਕੇ ਗਿਆ ਸਾਡਾ ਦੁੱਖ ਬਣਾਉਂਦੇ ਨੇ ਸਾਲ ਹੋ ਗਿਆ ਦੁੱਖ ਬਣਾਉਂਦੇ ਨੇ ਮੈਨੂੰ ਐਂ ਲੱਗਦਾ ਜਿਵੇਂ ਜਿੱਦੇ ਤੁਹਾਡੇ 'ਤੇ ਇਹੋ ਜਿਹਾ ਵਕਤ ਆਇਆ ਤੁਹਾਡੇ ਨਾਲ ਕੋਈ ਨਹੀਂ ਖੜਨਾ ਨਾ ਅਜੇ ਪਾਵਰ ਖੜਨੀ ਹੈ ਪਰਮਾਤਮਾ ਇਹ ਜ਼ਰੂਰ ਲਿਆਊਗਾ ਸਮਾਂ ਕਿਉਂਕਿ ਜਿੰਨਾ ਸਾਡਾ ਦਿਲ ਦੁਖੀ ਹੁੰਦਾ ਨਾ ਜਿੰਨਾ ਅਸੀਂ ਰੋਂਦੇ ਹਾਂ ਸਾਰੀ ਦੁਨੀਆ ਰੋਂਦੀ ਹੈ ਉਹਨੂੰ ਤਾਂ ਇਕੱਲੇ ਅਸੀਂ ਨਹੀਂ ਰੋਂਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨੂੰ ਰੋਂਦੇ ਆ ਅਤੇ ਇਹਨਾਂ ਨੂੰ ਕਿਸੇ ਨੂੰ ਰੋਣ ਵਾਲਾ ਵੀ ਨਹੀਂ ਮੈਨੂੰ ਮੈਂ ਕਹਿੰਦੀ ਹਾਂ ਪਰਮਾਤਮਾ ਇਹਨਾਂ ਨੂੰ ਕੋਈ ਰੋਣ ਵਾਲਾ ਵੀ ਨਾ ਮੰਦਰ ਛੱਡੇ ਮੈਂ ਤਾਂ ਆਪਣੇ ਸੱਚੇ ਪਾਤਸ਼ਾਹ ਕੱਲ੍ਹ ਪੁਰਖ ਵਾਹਿਗੁਰੂ ਨੂੰ ਹੀ ਇਹੀ ਅਰਦਾਸ ਕਰਦੇ ਹਾਂ ਵੀ ਜਿਹਨਾਂ ਜਿਹਨਾਂ ਦਾ ਸ਼ੁਭਦੀਪ ਨੂੰ ਆਪਣੇ ਤੋਂ ਖੋਣ ਦਾ ਹੱਥ ਹੈ ਜਿੰਨਾ ਜਿਹਨਾਂ ਦਾ ਉਹਦੇ ਕਤਲ ਦੇ ਵਿੱਚ ਜਿੰਨਾ ਜਿਹਨਾਂ ਦਾ ਹੱਥ ਹੈ ਉਹਦੀ ਲੰਬੀ ਉਮਰ ਕਰੇ ਮੈਂ ਉਹਨਾਂ ਨੂੰ ਐਂ ਨਹੀਂ ਕਹੂੰਗੀ ਵੀ ਉਹ ਮਰਨ ਨਾ ਉਹਨਾਂ ਦੀ ਲੰਬੀ ਉਮਰ ਕਰੇ ਅਤੇ ਉਹ ਇੱਥੇ ਭੁਗਤਣ ਸਾਰਾ ਕੁਛ ਦੇਖ ਕੇ ਜਾਣ ਉਹਨਾਂ ਨੂੰ ਐਂ ਸੀ ਵੀ ਸ਼ੁਭਦੀਪ ਖੋ ਲਿਆ ਅਸੀਂ ਰਾਹ ਦਾ ਰੋਣਾ ਰਾਹ ਤੋਂ ਹਟਾਤਾ ਸਾਰਿਆਂ ਨੂੰ ਆਇਆ ਹੋਊਗਾ ਵੀ ਚੱਲ ਸਾਡਾ ਰਸਤਾ ਸਾਫ਼ ਹੋ ਗਿਆ ਪਰ ਨਹੀਂ ਉਹ ਜਿਵੇਂ ਸ਼ੁਰੂ 'ਚ ਹੀ ਸੀਗਾ ਉਹ ਹੁਣ ਵੀ ਮਰ ਕੇ ਬਹੁਤ ਵੱਡਾ ਹੋ ਰਿਹਾ ਇਹਨਾਂ ਦੇ ਦਿਮਾਗ 'ਚ ਇਹ ਸੀ ਕਿ ਖੰਡੀ ਸ਼ੁਭ ਨੂੰ ਖਤਮ ਕਰਕੇ ਅਸੀਂ ਆਪਦਾ ਜਿਹੜਾ ਉਹਦਾ ਰਸਤਾ ਹੈਗਾ ਸਾਫ਼ ਹੋ ਜਾਊਗਾ ਸਾਡਾ ਪਰ ਖੁਸ਼ੀ ਵੀ ਹੁੰਦੀ ਆ ਮਾਣ ਵੀ ਆਉਂਦਾ ਉਹਦੇ 'ਤੇ ਵੀ ਨਹੀਂ ਪੁੱਤ ਤੈਨੂੰ ਮਰ ਕੇ ਵੀ ਮਾਰ ਸਕੇ ਲੋਕ